Bismillah ar-Rahman ar-Rahim. Assalamu alaikum. Ji, me the sare bhai bhai theek ho sir. Allah ne jo maan jo so. Ye time hoya taqriban 8:30 no. Aaj mame Mumtaz aur phone kita si ji. Acho maade kar aaj maade nal beita roti tusa khani hai jo le aunda. Unna nal beita roti khani hai. Nal gap shap vi laasa. Te nal nu sare Shauk saab. Shauk saab, kya haal hai? Theek ho? ਦਿਹਾੜੂ ਉੱਧਰ ਇਹਨਾਂ ਗੁਜ਼ਾਰੀ ਹੈ ਮੈਂ ਤਾਂ ਸ਼ਾਮੀ ਕੋਈ ਥੋੜ੍ਹਾ ਜਿਹਾ ਟਾਈਮਿੰਗ ਗਿਆ ਸਾਂ ਅਤੇ ਹੁਣ ਮੁੜੀ ਦਾ ਭਾਈ ਮਮਤਾਜ਼ ਹੋਰਾਂ ਫੋਨ ਕੀਤਾ ਜੁੱਲੇ ਉਹਨਾਂ ਨੇ ਘਰ ਉੱਥੇ ਜੁੱਲੇ ਦਾ ਮਿਲਣੇ ਆ ਤਾਂ ਫਿਰ ਗੱਪ ਸ਼ੱਪ ਲਾਉਣੇ ਆ ਤਾਂ ਰੋਟੀ ਵੀ ਨਾਲ ਖਾਣੀ ਆ ਕਿਹਾ ਕਿ ਜੇ ਬਣਾਇਆ ਜਾਂ ਅੰਦਾ ਜਾਂ ਮੰਗਾਇਆ ਉਹ ਤੁਸੀਂ ਕੀ ਉੱਥੇ ਜੁੱਲੇ ਦਾ ਦੱਸਣੀ ਆ ਪਰ ਬਾਰਿਸ਼ ਵੀ ਲਈ ਰਹੀ ਹੈ ਸਵੇਰੇ ਦਿਹਾੜੀ ਨਹੀਂ ਬਾਰਿਸ਼ ਲੱਗੀ ਹੋਈ ਹੈ ਦਿਹਾੜੀ ਨਾਲ ਤਾਂ ਵਲੋਗ ਬਣਾਇਆ ਕੋਈ ਨਹੀਂ ਸੀ ਮੈਂ ਚਲੋ ਇਹ ਸ਼ਾਮੀ ਨਾ ਬਣਾ ਸਾਂ ਦਿਹਾੜੀ ਨਾ ਬਹੁਤ ਵਲਾਗਰਾਂ ਬਣਾਏ ਅਸੀਂ ਅੱਜ ਦਿਹਾੜੀ ਨਾ ਨਵਾਂ ਸਾਲ ਨਾ ਪਹਿਲਾ ਦਿਹਾੜੇ ਮੈਂ ਆ ਨਵੇਂ ਸਾਲ ਨਹੀਂ ਪਹਿਲੀ ਈਵਨਿੰਗ ਨਾ ਸਾਂਭਣਾ ਸਾਂ ਪਹਿਲੀ ਈਵਨਿੰਗ ਨਵੇਂ ਸਾਲ ਨਾ ਪਹਿਲਾ ਦਿਹਾੜਾ ਇੱਧਰ ਗੁਰਦੁਆਰਾ ਤਾਂ ਕੋਈ ਇਹ ਝੰਡੇ ਲੱਗੇ ਜਿਹੜੇ ਜਾਲੋ ਜਾਲੋ ਇਹ ਜਾਂ ਬੰਨ ਲੱਗੇ ਆ ਪੂਰਾ ਤਿਆਰ ਨਹੀਂ ਕਾਫੀ ਕੰਮ ਇਸ ਨਾਲ ਕਰਾਈਏ ਦੇਖੋ ਜੀ ਪਾਪੇ ਨੇ ਘਰ ਤਾਂ ਪਹੁੰਚੇ ਆ ਅੰਦਰ ਬੈਠੇ ਹੋਏ ਹਾਂ ਸੋਫੇ ਪਰ ਮਾਸ਼ਾਅੱਲਾ ਪਾਪੇ ਬੜਾ ਸੋਹਣਾ ਜਿਹਾ ਨਾਇਸ ਜਿਹਾ ਸੈਟਅਪ ਲਾਏ ਅਸੀਂ ਸੋਹਣਾ ਸਾਂਭੀ ਦਾ ਰੱਖੀ ਆ ਮਕਾਨ ਅਤੇ ਹੁਣ ਖਾਣਾ ਛਾਣਾ ਵੀ ਥੋੜ੍ਹੀ ਦੇਰੀ ਬਾਅਦ ਤੁਸੀਂ ਕੀ ਦੱਸ ਰਹੇ ਹਾਂ ਪਹਿਲੇ ਪਾਪੇ ਨੇ ਗੱਡੀ ਵੀ ਵੱਡੀ ਚੰਗੀ ਲੱਗੀ ਹੈ ਪਿਕਚਰ ਲਾਈ ਜਾਣੀ ਉਹ ਪਿਕਚਰ ਤੁਸੀਂ ਕੀ ਗੱਡੀ ਨਹੀਂ ਦੱਸਣੀ ਹੈ ਇਹ ਤਾਂ ਕੋਈ ਜੀ ਪਾਪੇ ਮਮਤਾਜ਼ ਨਹੀਂ ਗੱਡੀ ਜੇ ਪਤਾ ਨਹੀਂ ਇੱਥੇ ਰੱਖੀ ਵੀ ਰਹੀ ਨੇ ਜਾਂ ਪਾਕਿਸਤਾਨ ਰੱਖੀ ਵੀ ਇਸਨੇ ਇੱਥੇ ਇੱਥੇ ਲੱਗਣੀ ਹੈ ਫੋਟੋ ਇੱਥੇ ਨਾ ਨਾਲ ਹੋਰ ਕਹਿ ਕੇ ਜਾਓ ਤੁਸੀਂ ਦੱਸਣੀ ਜੀ ਬਾਬੇ ਬੂਟੇ ਬੂਟੇ ਵੀ ਰੱਖੇ ਹੋਏ ਨਾਲ ਥੋੜ੍ਹੇ ਵਿਹਣੇ ਵਾਲੀ ਰੂਪ ਵਿੱਚ ਲਾਈਟਾਂ ਅਤੇ ਇੱਧਰ ਹੈ ਤੱਕ ਕੁਰਸੀਆਂ ਨਾਲ ਡਿਜ਼ਾਇਨ ਤੱਕ ਗਿਆ ਤਾਂ ਕੋ ਜੀ ਖਾਣਾ ਸਾਰਾ ਠੀਕ ਹੀ ਗਿਆ ਟੇਬਲੇ ਪਰ ਲੈਮ ਵੀ ਮੰਗਾਇਆ ਸਾਂ ਰੋਟੀਆਂ ਨਾਲ ਦੇਸੀ ਚਟਣੀ ਅਤੇ ਸ਼ੁਹਾਗ ਸਾਹਿਬ ਵਾਲੇ ਨੇ ਮੈਂ ਸੁਨਤ ਪੂਰੀ ਕਰਸਾਂ ਮੈਂ ਬੁਣ ਬੇਜਦਾ ਹੈ ਜਿਹੜਾ ਖਾਸਾਂ ਤਾਂ ਮਾੜੇ ਕੋਲੋਂ ਤਾਂ ਪਾਪੇ ਤਾਜ ਕੋਲੋਂ ਨਹੀਂ ਬੁਣ ਬਹਿਣ ਆਉਣਾ ਅਸਾਂ ਇਹ ਅਸਾਂ ਸੋਫੇ ਪਰ ਫੇਜਦਾ ਖਾਸਾਂ ਕੋਈ ਮਾੜਾ ਤਾਂ ਤੁਸੀਂ ਪਤਾ ਹੀ ਹੈ ਪਾਪਾ ਵੀ ਜਵਾਰਾ ਸਹਿਤ ਰਹੀ ਆ ਮਾੜੇ ਯਾਰ ਅਸਾਂ ਕੁਝ ਬੁੱਢੇ ਜਾਣੇ ਆ ਦੋਏ ਸ਼ੁਹਾਗ ਸਾਹਿਬ ਐਕਸਰਸਾਈਜ਼ ਕਰਨੇ ਨੇ ਉਹ ਜਾਣੇ ਨੇ ਜਿੰਮਾਂ ਜਿੰਮਾਂ 'ਚ ਬਹਿ ਜਾਣੇ ਨੇ ਖਾਈ ਨਾ ਤਾਂ ਫਿਰ ਤੁਸਾਂ ਨਾਲ ਮਿਲਦੇ ਹਾਂ ਬਣ ਗਿਆ ਸ਼ੌਕ ਸਾਹਿਬ ਬਣਾਉਣ ਲੱਗੇ ਚਾਹ ਇੰਗਲਿਸ਼ ਟੀ ਬਣਾਉਣ ਲੱਗੇ ਹਾਂ ਜੀ ਦੇਸੀ ਚਾਹ ਅਸਾਂ ਪੀਣੀ ਨਹੀਂ ਰੋਟੀ ਖਾਈ ਤਾਂ ਦੇਸੀ ਚਾਹ ਕੋਈ ਕੰਮ ਜ਼ਿਆਦਾ ਖਰਾਬ ਕਰ ਚੁਣੀ ਹੈ ਇਸ ਵਾਸਤੇ ਅਸਾਂ ਬਣਾਉਣੇ ਹਾਂ ਇੰਗਲਿਸ਼ ਸ਼ੌਕ ਸਾਹਿਬ ਨੂੰ ਪੱਤੀ ਬਾਈ ਛੋੜੀ ਹੁਣ ਲਾਚੀਆਂ ਬਾਣ ਲੱਗੇ ਹਾਂ ਇਹਨਾਂ ਨੇ ਨਿਊ ਈਅਰ ਜਿਹੜੀ ਡੇ ਈਵਨਿੰਗ ਡੇ ਆ ਉਹ ਵੀ ਬੜੀ ਸੋਹਣੀ ਗਈ ਹੈ ਇੰਜੋਏ ਕਰ ਰਹੇ ਈਵਨਿੰਗ ਵੀ ਡੇ ਵੀ ਇਹਨਾਂ ਇੰਜੋਏ ਕੀਤਾ ਤਾਂ ਈਵਨਿੰਗ ਵੀ ਇੰਜੋਏ ਕਰ ਰਹੇ ਲਾਚੀਆਂ ਪੈ ਗਈਆਂ ਦਲਚੀਨੀ ਪੈ ਗਈ ਆ ਪੱਤੀ ਪੈ ਗਈ ਆ ਹੁਣ ਜੇ ਕੇਟਰਿੰਗ ਲਾਈ ਆ ਪਾਣੀ ਬਣ ਆਇਆ ਜੀ ਸ਼ੌਕ ਸਾਹਿਬ ਕੋਈ ਬਾਹਰ ਲੱਗੇ ਸਰ ਮੈਂ ਫੋਨ ਆਫ ਕਰੀ ਜੋੜਿਆ ਸੀ ਜੀ ਫਰਮਾਓ ਕੋਈ ਬਾਹਰ ਲੱਗੇ ਸਰ ਆਉਣੇ ਚਾਹ ਸਾਡੀ ਤਿਆਰ ਹੋ ਰਹੀ ਹੈ ਪਾਣੀ ਬੋਇਲ ਹੋਈ ਗਿਆ ਕੱਪਾਂ 'ਚ ਵਾਹੀ ਜੋੜਿਆ ਸ਼ੌਕ ਸਾਹਿਬ ਖੋਲਣ ਲੱਗੇ ਨੇ ਪੱਤੀ ਜੀ ਤਾਂ ਹੁਣ ਬਾਣੇ ਨੇ ਜੀ ਦੋ ਤਾਂ ਚਾਹ ਮਾਸ਼ਾਅੱਲਾ ਇਹ ਕੱਚੀ ਚਾਹ ਵੀ ਇੰਗਲਿਸ਼ ਟੀ ਬੜੀ ਸੋਹਣੀ ਬਣਾਉਣੇ ਨੇ ਇਸ ਵਾਸਤੇ ਮੈਂ ਨਹੀਂ ਆਖਿਆ ਗਿਆ ਇੱਕ ਕੱਪ ਵੀ ਤਾਂ ਰਹੇ ਹਾਂ ਮੈਂ ਚਲੋ ਇਹ ਦੁਆ ਫਿਰ ਬਣਾਓ ਰੋਟੀ ਰੋਟੀ ਤਾਂ ਖਾਈ ਰਹੇ ਸਾਂ
ਰੋਟੀ ਖਾਈ ਤਾਂ ਇੱਕ ਕੱਪੇ ਨੂੰ ਕੋਈ ਪਤਾ ਨਹੀਂ ਲੱਗਣਾ, ਮੈਂ ਚਲੋ ਦੂਆ ਵੀ ਪੀਣੀ ਹੈ। ਹਾਂਡੀ ਵੈਸੇ ਬੜੀ ਹੈਗੀ, ਕੜਾਹੀ ਸੋਹਣੀ ਬਣਾਈ ਇਹਨੇ, ਲਹਿਮ ਕੜਾਹੀ ਬੜੀ ਜ਼ਬਰਦਸਤ ਬਣਾਈ। ਚਾਹ ਸਾਡੀ ਦੋ ਕੱਪ ਤਿਆਰ ਹੋ ਗਈ ਹੈ ਬਿਲਕੁਲ, ਅਤੇ ਅਸੀਂ ਉਹ ਟੇਸਟ ਕਰਨੇ ਹਾਂ ਤਕੜੇ ਹਾਂ ਸ਼ੌਕ ਸਾਹਿਬ ਵੱਲੋਂ ਕੀ ਹੈ ਜੀ ਬਣਾਈ ਹੈ। ਜ਼ਬਰਦਸਤ ਮੇਰੇ ਨਾਲ ਜਿਸ ਤਰ੍ਹਾਂ ਕੜਾਹੀ ਸੀ ਨਾ ਬਿਲਕੁਲ ਇਸ ਤਰ੍ਹਾਂ ਚਾਹ ਵੀ ਬਣੀ ਹੈ ਸਾਡੀ, ਬਿਲਕੁਲ ਡਰਾਈਵਰ ਵਾਲੀ ਚਾਹ ਸਟਰੋਂਗ ਸਹੀ। ਤਾਂ ਬੇਸੀ ਹੈ ਤਾਂ ਕਿਸੇ ਨੇ ਸੋਚੀ ਆ ਗਈ ਹਾਂ ਵਾਪਸ ਘਰ ਆਪਣੇ ਕਿਚਨਾਂ 'ਚ, ਮੈਂ ਖੜਤੇ ਹਾਂ ਕੇਟਲੀ ਔਨ ਕਰਨੇ ਆ ਤਾਂ ਚਾਹ ਪੀਣੇ ਆ। ਚਾਹ ਉੱਥੋਂ ਵੀ ਇੱਕ ਮੈਂ ਪੀ ਆਏ ਸਾਂ, ਰੋਟੀ ਰੋਟੀ ਖਾਧੀ ਹੈ ਤਾਂ ਫਿਰ ਚਾਹ ਵੀ ਉੱਥੋਂ ਪੀਤੀ ਹੈ। ਭਾਵੇਂ ਤਾਜ ਉਹਨਾਂ ਜਿਹੜੀ ਦਾਵਤ ਦਿੱਤੀ ਸੀ ਮਾਸ਼ਾਅੱਲਾ ਬਹੁਤ ਹੀ ਅੱਛੀ ਦਾਵਤ ਹੋਈ ਹੈ, ਗੱਪ ਸ਼ੱਪ ਵੀ ਹੋਈ ਹੈ। ਅਤੇ ਹੁਣ ਥੋੜ੍ਹੇ ਥੱਕੇ ਵੀ ਗਏ ਸਾਂ, ਮੈਂ ਜੁੜੇ ਹਾਂ ਘਰ, ਥੋੜ੍ਹੀ ਰੈਸਟ ਕਰਨੇ ਆ, ਚਾਹ ਸ਼ਾਹ ਪੀਣੇ ਆ, ਇੰਜੋਏ ਕਰਨੇ ਆ ਚਾਹ ਪੀ। ਤਾਂ ਤੁਸੀਂ ਮਿਲ ਸਕਦਾ ਹੋਰ ਵੀਡੀਓ 'ਚ, ਅਗਲੀ ਵੀਡੀਓ 'ਚ, ਅਗਲੇ ਵਲੋਗ 'ਚ। ਇੱਥੇ ਦਰਦ ਆਪਣਾ ਵੀ ਖਿਆਲ ਰੱਖੇ, ਮਾੜੇ ਪਾਸੇ ਦੁਆ ਕਰੀ ਜੁੜੇ। ਅੱਲਾ ਹਾਫਿਜ਼।